ਸੰਕਟਾ ਮਾਤਾ ਦੀ ਜੈ ਅੱਜ ਆਪਾਂ ਕਥਾ ਪੰਜ ਚੱਲਨੀ ਹੈ ਸੰਕਟਾ ਮਾਤਾ ਦੀ ਜੋ ਸਾਡੇ ਬਜ਼ੁਰਗ 판ਦੇ ਸੀ ਸਾਡੇ ਮੰਮੀ ਮੇਰੇ ਨਾਨੀ ਹੈ ਜੀ ਤਾਂ ਉਹ ਕਥਾ 판 ਜਾ ਰਹੇ ਆ ਮੈਨੂੰ ਲੱਗਦਾ ਹੈ ਤੁਹਾਨੂੰ ਸਭ ਨੂੰ ਪਸੰਦ ਆਊਗੀ ਕਥਾ ਧਿਆਨ ਨਾਲ ਸੁਣੋਗੇ ਬਹੁਤ ਫਾਇਦੇਮੰਦ ਹੈ ਲੋਕ ਸੰਕਟਾ ਮਾਤਾ ਦੇ ਸੰਕਟਾ ਮਾਤਾ ਦੇ ਵਰਤ ਰੱਖਦੇ ਆ ਤਿਲ ਕੁਟ ਦੇ ਦਿਨ ਨਾਮ ਲੈ ਕੇ ਬੇਟਾ ਹੋਣ ਲਈ ਬੇਟੇ ਦੇ ਵਿਆਹ ਲਈ ਸੁੱਕ ਕੇ ਵਰਤ ਰੱਖੇ ਜਾਂਦੇ ਆ ਦਾ ਇਸ ਸਵਾ ਸੇਬ ਸਵਾ ਪਾਂਸੇਰ ਤਿਲ ਕਟਕੇ ਤਿਲ ਤੇ ਗੁੜ ਕਟਕੇ ਪਿੰਨੀਆਂ ਬਣਾ ਕੇ ਵੰਡੀਆਂ ਜਾਂਦੀਆਂ ਨੇ ਉਹ ਤੁਹਾਨੂੰ ਕਥਾ ਪਾਂ ਚੱਲੀਆਂ ਤੇ ਕਥਾ ਸੁਨੋ ਬਹੁਤ ਧਿਆਨ ਨਾਲ ਇੱਕ ਬੁੱਢੀ ਤੇ ਉਹਦਾ ਮੁੰਡਾ ਰਹਿੰਦੇ ਸੀ ਇਹ ਦੋਨੋਂ ਕੱਲੇ ਸੀ ਮੁੰਡਾ ਲੱਕੜਾਂ ਕਟ ਕੀ ਲੈ ਕੇ ਆਂਦਾ ਸੀ ਜੰਗਲ ਚ ਜਾ ਕੇ ਉਹੀ بیچ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਸੀ ਬਹੁਤ ਖੁਸ਼ੀ ਏ ਦੋਨੋਂ ਜਣੇ ਬੁੱਢੀ ਮਾਤਾ ਜਿਹੜੀ ਸੀਗੀ ਉਹ ਲੱਕੜੀ ਕਲਕੜ ਰੱਖ ਲੈਂਦੀ ਉਹ ਚੋਂ ਉਹਦਾ ਤਿਲ ਤੇ ਗੁੜ ਲੈ ਆਂਦੀ ਪਿੰਨੀਆਂ ਬਣਾ ਕੇ ਚਾਰੋਂ ਸੰਗਟ ਮਾਤਾ ਦਾ ਵਰਤ ਰੱਖ ਲੈਂਦੀ ਹਰ ਗਣੇਸ਼ ਚੋਤ ਦਾ ਵਰਤ ਰੱਖਦੀ ਸੀ ਤੇ ਇਸੇ ਸੰਗਟ ਚੋਤ ਤੋਂ ਜਨਵਰੀ ਦੀ ਜੋ ਮਾਗ ਮਾਗ ਦੇ ਮਹੀਨੇ ਵਾਲੀ ਸੰਗਟ ਚੋਤ ਤੋਂ ਵਰਤ ਸ਼ੁਰੂ ਹੁੰਦੇ ਆ ਤਾਂ ਉਹਨੇ ਵਰਤ ਰੱਖਦੀ ਸੀ 12 ਮਹੀਨੇ ਦੇ 12 ਵਰਤ ਉਨੇ ਪਿੰਨੀਆਂ ਬਨਾਨੀਆਂ ਬਰਤ ਰੱਖਣਾ ਇੱਕ ਪਿੰਨੀ ਮੁੰਡੇ ਲਈ ਰੱਖ ਲੈਣੀ ਕੱਪ ਦੇ ਲਈ ਦੋ ਬਨਤਾਨੀਆਂ ਨੂੰ ਦੇ ਦਿੰਦੀ ਤਾਂ ਮੁੰਡਾ ਲੱਕੜਾਂ ਤੋੜ ਕੇ ਲੈ ਆਂਦਾ ਮੁੰਡੇ ਨੂੰ ਦੀਨ ਦੁਨੀਆ ਦਾ ਕੋਈ ਹੋਰ ਪਤਾ ਨਹੀਂ ਸੀ ਆਪਣਾ ਕੰਮ ਕਾਜ ਵਿੱਚ ਬੀਜੀ ਸੀ ਗਵੰਡਨੋ ਦੀ ਜਿਹੜੀ ਸੀ ਇੱਕ ਬੁੜੀ ਦੀ ਉਹ ਦੇਖ ਕੇ ਬਹੁਤ ਦੁਖੀ ਸੀ ਵੀ ਮਾਂ ਤੇ ਪੁੱਤ ਬਹੁਤ ਜ਼ਿਆਦਾ ਖੁਸ਼ਕਿਉ ਰਹਿੰਦੇ ਆ ਇਹਨਾਂ ਦੇ ਘਰ 'ਚ ਕੋਈ ਕਲੇਸ਼ ਨਹੀਂ ਇਸ ਲਈ ਉਹ ਕੀ ਕਰਦੀ ਹੈ ਮੁੰਡੇ ਨੂੰ ਸਖਾਉਂਦੀ ਹੈ ਵੀ ਤੂੰ ਜਦੋਂ ਚਲਾ ਜਾਂਦਾ ਤੇਰੀ ਮਾਂ ਪਿੱਛੇ ਚੋਲੇ ਕਰ ਕਰ ਖਾਂਦੀ ਹੈ ਸੰਗਠ ਦਾ ਦੀਨ ਸੀਗਾ ਮਾਤਾ ਨੇ ਜਦੋਂ ਬੁੜੀ ਨੇ ਚਾਰ ਪਿੰਨੀਆਂ ਬਣਾਈਆਂ ਮੁੰਡਾ ਆ ਕੇ ਜਦੋਂ ਘਰ ਚਿੱਕੇ ਛੱਤ ਮਾਰਦਾ ਦੇਖਦਾ ਵੀ ਚਾਰ ਪਿੰਨੀਆਂ ਪਈਆਂ ਉਹ ਕਹਿੰਦਾ ਹਾਂ ਜੇ ਗਵੰਡਨ ਕਹਿੰਦੀ ਸੀ ਚਾਰ ਪਿੰਨੀਆਂ ਪਈਆਂ ਨੇ ਤਾਂ ਇਹ ਸਹੀ ਗੱਲ ਹੈ ਮੇਰੀ ਮਾਂ ਚੋਲੇ ਕਰ ਕਰ ਖਾਂਦੀ ਹੈ ਉਹ ਕਹਿੰਦਾ ਚਲੋ ਅੱਜ ਪਹਿਲੀ ਵਾਰ ਹੈ ਫਿਰ ਦੇਖਦੇ ਹਾਂ ਦੂਜੀ ਵਾਰ ਸੰਘੜ ਫੇਰਾ ਜਾਂਦੀ ਹੈ ਮਿੰਨੇ ਬਾਅਦ ਫਿਰ ਉਹ ਜਨਾਨੀ ਸਿਖਾ ਦਿੰਦੀ ਹੈ ਮੁੰਡੇ ਨੂੰ ਵੀ ਤੇਰੀ ਮਾਂ ਤਾਂ ਚੋਲੇ ਕਰ ਕਰ ਖਾਂਦੀ ਆ ਤੂੰ ਦੇਖਿਆ ਨਹੀਂ ਮੁੰਡਾ ਦਵਾਰੇ ਆ ਕੇ ਛਿੱਕੇ ਛੱਤ ਮਾਰਦਾ ਫਿਰ ਚਾਰ ਪਿੰਨੀਆਂ ਪਈਆਂ ਹੁੰਦੀਆਂ ਨੇ ਉਹ ਐਂ ਦਾ ਸੋਧਾ ਨਹੀਂ ਉਹ ਮਹੀਨਾ ਬੀਤ ਚੁੱਕਿਆ ਸੰਗਠ ਮਾਤਾ ਦਾ ਵਰਤ ਹੈ ਭੁੱਲ ਜਾਂਦਾ ਸਭ ਕੁਝ ਕਿਉਂਕਿ ਜਦੋਂ ਕਿਸੇ ਦੇ ਲਾਈ ਲੱਗ ਜਾਓ ਤਾਂ ਬੰਦੇ ਨੂੰ ਉਲਟਾ ਹੀ ਲੱਗਦਾ ਹੈ ਕਹਿੰਦਾ ਚਲ ਦੋ ਵਾਰ ਹੋ ਗਿਆ ਤੀਜੀ ਵਾਰ ਦੇਖਦਾ ਤੀਜੀ ਵਾਰ ਦੇਖਦਾ ਤਾਂ ਫੇਰ ਫਿਰ ਪਿੰਨੀਆਂ ਪਈਆਂ ਹੁੰਦੀਆਂ ਨੇ ਉਹ ਸਨ ਪੱਟੀ ਲੈ ਕੇ ਪੈ ਜਾਂਦਾ ਕਹਿੰਦਾ ਮੈਂ ਤਾਂ ਘਰੋਂ ਨਿਕਲੂਗਾ ਮਾਈ ਉਹ ਕਹਿੰਦੀ ਬੇਟਾ ਦੇਖ ਮੈਂ ਤਾਂ ਸੰਗਠ ਮਾਤਾ ਦੀ ਵਰਤੇ ਰੱਖਦੀ ਆਂ ਮੈਂ ਤਾਂ ਤੇਰੀ ਨਾਮ ਦੀਆਂ ਸੰਗਟਾ ਰੱਖਦੀਆਂ ਵੀ ਪਰਮਾਤਮਾ ਤੈਨੂੰ ਖੁਸ਼ ਰੱਖੇ ਤੇਰੀ ਕਮਾਈ ਚ ਵਾਧਾ ਕਰੇ ਪਰ ਤੂੰ ਜੇ ਕਿਸੇ ਸਿੱਖੀ ਸਖਾਈ ਜਾਣੇ ਕਹਿੰਦਾ ਨਾ ਮਾਈ ਤੂੰ ਤਾਂ ਮੈਂ ਤਾਂ ਤਿੰਨ ਵਾਰ ਦੇਖ ਲਿਆ ਤੂੰ ਆ ਚੁੱਲੇ ਕਰਖਰ ਖਾਨੀ ਐ ਮੈਂ ਤਾਂ ਘਰੋਂ ਨਿਕੁਲਾ ਕਹਿੰਦੀ ਤੇਰੀ ਮਰਜ਼ੀ ਜੇ ਭਾਈ ਮੇਰਾ ਰੱਖਿਆ ਤੂੰ ਕਿੱਥੇ ਰਹੇਗਾ ਨਿਕਲ ਲੈ ਤੂੰ ਨਿਕਲ ਜਾ ਪਰ ਮੈਂ ਤਾਂ ਸੰਗਟਾ ਮਾਤਾ ਦਾ ਬਰਤ ਰੱਖਦੀ ਆ ਲੈ ਤਿਲ ਚੋਲੀ ਜਿੱਥੇ ਜਾਏਗਾ ਜੇ ਤੇਨੂੰ ਭੀੜ ਪੈਂਦੀ ਆ ਕਿਤੇ ਵੀ ਦੁਖੀ ਆ ਦੁੱਖ ਤੇਨੂੰ ਆਂਦਾ ਤਾਂ ਉੱਥੇ ਸੰਗਟਾ ਮਾਤਾ ਦਾ ਨਾਮ ਲੈ ਕੇ ਮੱਥਾ ਟੇਕਦੀਂ ਤੇ ਕਹੀਂ ਹੈ ਸੰਗਟਾ ਮਾਤਾ ਜੇਕਰ ਮੇਰੀ ਮਾਤਾ ਸੰਗਟਾ ਸੱਚ ਦੀਆਂ ਰੱਖਦੀ ਸੀ ਤਾਂ ਇੱਥੇ ਬੋੜ ਉਸੇ ਤਰ੍ਹਾਂ ਕਰ ਲੈ ਜਾਂਦਾ ਉਹ ਸੰਗਟਾ ਮਾਤਾ ਉਹ ਪਿੰਨੀ ਜਲਾ ਜਾਂਦਾ ਰਸਤੇ ਜਾਂਦਾ ਜਾਂਦਾ ਬਹੁਤ ਦੂਰ ਚਲਾ ਜਾਂਦਾ ਜੰਗਲ ਆਣ ਵਾਲਾ ਹੁੰਦਾ ਰਾਤ ਹੋ ਜਾਂਦੀ ਹੈ ਉਹ ਕਹਿੰਦਾ ਹੁਣ ਰਾਤ ਨੂੰ ਜੰਗਲ ਚ ਕੀ ਬੜੂੰਗਾ ਬਾਹਰ ਉਤੇ ਬੋੜ ਦਾ ਪੀੜ ਹੁੰਦਾ ਉਹਦੇ ਨੀਚੇ ਪੈ ਜਾਂਦਾ ਜਿੰਨੇ ਵੀ ਜੰਗਲ ਤੋਂ ਬਾਹਰ ਨਿਕਲ ਕੇ ਅੱਧਰ ਉਧਰ ਰਾਹੀਆ ਉਹਨਾਂ ਸਾਰੇ ਕਹਿੰਦੇ ਜਾਂਦੇ ਭਾਈ ਇੱਥੇ ਚਲਾ ਜਾ ਰਾਤ ਨੂੰ ਆਤਮਘੋਰ ਸ਼ੇਰ ਪੈਂਦਾ ਇੱਥੇ ਤਾਂ ਦਿਨ ਨੂੰ ਖਾਜੂ ਕਹਿੰਦਾ ਹੁੰਦਾ ਸ਼ੇਰ ਖਾਵੇ ਵਿਗਿਆੜ ਖਾ ਵੀ ਮੈਂ ਤਾਂ ਨਹੀਂ ਜਾ ਸਕਦਾ ਮੈਂ ਤਾਂ ਘਰੋਂ ਨਿਕਲ ਗਿਆ ਉਹ ਸ਼ੇਰ ਨੂੰ ਵਿਗਿਆੜ ਸੋਚ ਕੇ ਕਹਿੰਦਾ ਪੈ ਜਾਂਦਾ ਤੇ ਰਾਤ ਨੂੰ ਜਦੋਂ ਆਦਮ ਖੁਰ ਸ਼ੇਰ ਆਂਦਾ ਆਦਮ ਖੁਰ ਸ਼ੇਰ ਆਂਦਾ ਤੇ ਆਦਮ ਖੋਰ ਆਦੰਬੋ ਅੰਦਬੋ ਬੋ ਕਰਦਾ ਆਂਦਾ ਉਸ ਹੁੰਦਾ ਮੁੰਡਾ ਕਹਿੰਦਾ ਅਜ ਤਾਂ ਸ਼ੇਰ ਐਡਾ ਵੱਡਾ ਮੈਨੂੰ ਖਾ ਜੂਗਾ ਪਰ ਫਿਰ ਵੀ ਮਾਨੇ ਜਿਹੜੀ ਤਿਲਚੋਲੀ ਦਿੱਤੀ ਮੱਥਾ ਟੇਕ ਕੇ ਦੇਖਦਾ ਮਤਿਲਚੋਲੀ ਲੈਂਦਾ ਸੰਗਟਾ ਮਾਤਾ ਦਾ ਨਾਮ ਲੈਂਦਾ ਮੱਥਾ ਟੇਕਦਾ ਵੀ ਹੇ ਸੰਗਟਾ ਮਾਤਾ ਜੇਕਰ ਮੇਰੀ ਮਾਤਾ ਸੱਚ ਦੇ ਬਰਤ ਰੱਖਦੀ ਸੀ ਇੱਥੇ ਬੋੜ ਉਹਦੀ ਮਾਤਾ ਉੱਥੇ ਮਾਤਾ ਸੰਗਟਾ ਬੋੜ ਜਾਂਦੀ ਹੈ ਸ਼ੇਰ ਬਣੀ ਚ ਵੱਡ ਜਾਂਦਾ ਬਾਹਰ ਨਹੀਂ ਨਿਕਲਦਾ ਉਸ ਪੂਰੀ ਰਾਤ ਆਰਾਮ ਨਾਲ ਸੁਂਦਾ ਸੂਆ ਉੱਠ ਕੇ ਅੱਗੇ ਚੱਲ ਪੈਂਦਾ ਜੋ ਜ ਜਾਂਦਾ ਹੈ ਜੰਗਲ ਚ ਬਹੁਤ ਸ਼ੇਰ ਬਗਿਆੜ ਜਿੱਤੇ ਸਭ ਕੁਝ ਹੁੰਦਾ ਸੱਪ ਸੁੰਡਾ ਬਹੁਤ ਜਾਨਵਰ ਹੁੰਦਾ ਉਹ ਸੋਚਦਾ ਜੀ ਉੱਥੇ ਇੱਕ ਸ਼ੇਰ ਸੀ ਛੱਡਦਾ ਉਹਨੇ ਪਰ ਇੱਥੇ ਤਾਂ ਮੈਨੂੰ ਕਿਸੇ ਨੇ ਨਹੀਂ ਛੱਡਣਾ ਇਹ ਤਾਂ ਸਾਰੇ ਮੈਨੂੰ ਖਾ ਜਾਣਗੇ ਪਰ ਉਹ ਤਿਲਚੋਲੀ ਲੈ ਕੇ ਮੱਥਾ ਟੇਕਦਾ ਹੈ ਸੰਗਟਾ ਮਾਤਾ ਦਾ ਨਾਮ ਲੈਂਦਾ ਹੈ ਇਹ ਸੰਗਟਾ ਮਾਤਾ ਜੇ ਮੇਰੀ ਮਾਤਾ ਸੰਗਟਾ ਸੱਚ ਦੀਆਂ ਰੱਖਦੀ ਸੀ ਤੇ ਇੱਥੇ ਬੋੜ ਸਾਰਾ ਸ਼ੇਰ ਜੰਗਲ ਸਾਫ਼ ਹੋ ਜਾਂਦਾ ਹੈ ਰਾਮਨਾਲ ਰਸਤਾ ਪਾਰ ਕਰਕੇ ਅੱਗੇ ਚੱਲਾ ਜਾਂਦਾ ਹੈ ਅੱਗੇ ਜਾਂਦਾ ਹੈ ਦਰਿਆ ਠਾਠਾ ਮਾਰ ਰਿਹਾ ਨਾ ਆਰ ਰਸਤਾ ਨਾ ਪਾਰ ਰਸਤਾ ਉਹ ਸੋਚਦਾ ਉੱਥੇ ਤਾਂ ਸਾਰਾ ਕੁਝ ਸਾਫ਼ ਹੋ ਗਿਆ ਦਰਿਆ ਦਾ ਤਾਂ ਹੁਣ ਕੁਝ ਨਹੀਂ ਹੋ ਸਕਦਾ ਮੈਨੂੰ ਕਿਤੇ ਰਸਤਾ ਨਹੀਂ ਜਾਂਦਾ ਜਿਵੇਂ ਵਿੱਚ ਬੜੂਗਾ ਦਰਿਆ ਦੇ ਤਾਂ ਮਰ ਜਾਊਗਾ ਇਹ ਤਾਂ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਫੁੱਲਾ ਵਹਾ ਆਏਗਾ ਮੈਨੂੰ ਵਹਾ ਕੇ ਲੈ ਜਾਊ ਕਹਿੰਦਾ ਚਲੋ ਦੇਖਦੇ ਆਂ ਦਿਲ ਚੋਲੀ ਲੈਂਦਾ ਹੱਥ ਚ ਫੜ ਕੇ ਮੱਥਾ ਟੇਕਦਾ ਹੈ ਸੰਗਟਾ ਮਾਤਾ ਜੇ ਮੇਰੀ ਮਾਂ ਸੱਚੀ ਦੀ ਸੰਗਟਾ ਰੱਖਦੀ ਸੀ ਅਤੇ ਬੋਰ ਦਰਿਆ ਦੇ ਵਿੱਚੋਂ ਰਸਤਾ ਪਾੜ ਜਾਂਦਾ ਹੈ ਪਾਰ ਹੋ ਕੇ ਦੂਸਰੇ ਦੇਸ਼ ਪਹੁੰਚ ਜਾਂਦਾ ਹੈ ਬਜਾਰਾਂ ਚ ਫਿਰ ਰਿਹਾ ਦੁੱਧ ਦੇਸ਼ ਜਾ ਕੇ ਦੇਖਦਾ ਇੱਕ ਘਰ ਦੇ ਅੱਗੇ ਇੱਕ ਬੁੜੀ ਪੂੜੇ ਬਣਾ ਰਹੀ ਹੈ ਨਾਲੇ ਰੋ ਰਹੀ ਹੈ ਨਾਲੇ ਪੂੜੇ ਬਣਾ ਰਹੀ ਹੁੰਦੀ ਹੈ ਉਹ ਕਹਿੰਦਾ ਮਾਈ ਨਾਲ ਤੇਰ ਕਰ ਸ਼ਾਦੀ ਨਾਲ ਤੇਰ ਕਰ ਗੰਮੀ ਤੂੰ ਨਾਲ ਤਾਂ ਪੂੜੇ ਪਕਾ ਰਹੀ ਹੈ ਨਾਲੇ ਰੋ ਰਹੀ ਹੈ ਉਹ ਕਹ ਪਾਈ ਤੈਨਨੇ ਕੀ ਲੈਣਾ ਜੇ ਤੈਨਨੇ ਪੂੜੇ ਖਾਣੇ ਪੂੜੇ ਖਾ ਲੈ ਨਾ ਮਾਈ ਪਹਿਲਾਂ ਮੈਨੂੰ ਆਪਣੀ ਬੇਥਾ ਦਾਸ ਤੂੰ ਆਮਨੇ ਤੇਰੀ ਕੀ ਦਿੱਕਤ ਆ ਗਈ ਉਹ ਕਹਿੰਦੀ ਰਾਜਦਿੱਤੀ ਦਾ ਵਿਆਹ ਰੱਖਿਆਗਾ ਆਵਾ ਪੱਕ ਨਹੀਂ ਰਹਾ ਪਹਿਲਾ ਜ਼ਮਾਨਾ ਸੀ ਪੁਰਾਣਾ ਬਰਾਤ ਨੂੰ ਸਾਰਾ ਜਿਹੜਾ ਖਾਣਾ ਸੀਗਾ ਮਿੱਟੀ ਦੇ ਬਰਤਨਾਂ 'ਚ ਖਲਾਇਆ ਜਾਂਦਾ ਸੀਗਾ ਉਹ ਕਹਿੰਦੀ ਆਵਾ ਪੱਕ ਨਹੀਂ ਰਿਹਾ ਇਸ ਕਰਕੇ ਉਹ ਮੈਂ ਆਵਾ ਜੇ ਪੱਕੂਗਾ ਨਹੀਂ ਬਰਤਨ ਨਹੀਂ ਤਿਆਰ ਹੋਣਗੇ ਰਾਜਦੀਤੀ ਦਾ ਵਿਆਹ ਕਿਵੇਂ ਹੋਊਗਾ ਉਹ ਕਹਿੰਦਾ ਮਾਈ ਜੇ ਤੇਰੇ ਪੁੱਤ ਨੂੰ ਭੇਡ ਦੇਣਾ ਹੈਗਾ ਤੇ ਮੇਰੇ ਤੇਰੇ ਪੁੱਤ ਦੀ ਜਗ੍ਹਾ ਮੈਂ ਜਾਵਾਂ ਰਾਜਦੀਤੀ ਦੇ ਵਿਆਹ ਦੇ ਵਿੱਚ ਆਵਾ ਨਾ ਪੱਕਣ ਕਰਕੇ ਉਹਦੇ ਪੁੱਤ ਦੀ ਭੇਡ ਕੱਲੇ ਪੁੱਤ ਹੋਣ ਕਰਕੇ ਭੇਡ ਦਿੱਤੀ ਜਾਣੀ ਹੁੰਦੀ ਹੈ ਉਹ ਕਹਿੰਦਾ ਤੇਰੇ ਪੁੱਤ ਦੀ ਆਈ ਮੈਂ ਜਾਵਾਂ ਮਾਈ ਤੂੰ ਮੈਨੂੰ ਪੂੜੇ ਖਵਾ ਦੇ ਉਹ ਆਪਣੇ ਪੁੱਤ ਦੇ ਉਹਨੂੰ ਬਿਠਾ ਲੈਂਦੀ ਹੈ ਇੱਕ ਪੂੜਾ ਪੁੱਤ ਨੂੰ ਰੱਖੇ ਜਾਂਦੀ ਹੈ ਇੱਕ ਮੁੰਡੇ ਨੂੰ ਰੱਖੇ ਜਾਂਦੀ ਹੈ ਰਾਤ ਨੂੰ ਕਹਿੰਦਾ ਮਾਈ ਉੱਥੀ ਪਾ ਦੇ ਮੈਨੂੰ ਜਿੱਥੇ ਤੇਰਾ ਮੁੰਡਾ ਉਹ ਉੱਥੀ ਸੁਲਾ ਦਿੰਦੀ ਆ ਮੰਜਾ ਦੋਨਾਂ ਦਾ ਬਰਾਬਰ ਢਾ ਦਿੰਦੀ ਹੈਗੀ ਪੂੜੇ ਸੋਚੀ ਜਾਂਦੀ ਹੈ ਰਾਤ ਨੂੰ ਵੀ ਮੈਂ ਬਗਾਨੇ ਪੁੱਤ ਨੂੰ ਪੂੜੇ ਖਵਾ ਕੇ ਤਾਂ ਨਹੀਂ ਮੁੱਲ ਲੈ ਲਿਓ ਮੇਰੇ ਪੁੱਤ ਦੀ ਕੀਮੇ ਜਾਊ ਰੋਈ ਜਾਂਦੀ ਹੈ ਰਾਤ ਨੂੰ ਰਾਜ ਦੇ ਦੂਦ ਆ ਜਾਂਦੇ ਬਲਾਂ ਭੇਜ ਮਾਈ ਆਪਣੇ ਮੁੰਡੇ ਨੂੰ ਨਾ ਤਾਂ ਆਪਣੇ ਪੁੱਤ ਨੂੰ ਜਗਾਣ ਕਰ ਦਿਲ ਕਰਦਾ ਨਾ ਬਗਾਨੇ ਪੁੱਤ ਨੂੰ ਉਹ ਕਦੇ ਕੁੰਡਾ ਖੜਕਾਉਂਦੀ ਹੈ ਕਦੇ ਸੂਟਾ ਖੜਕਾਉਂਦੀ ਹੈ ਕਦੇ ਕੋਈ ਬਰਤਨ ਖੜਕਾਉਂਦੀ ਹੈ ਗੰਦੀ ਭਾਈ ਆਉਂਦੀਆਂ ਕਹਿ ਕੇ ਕਹੇ ਜਾਂਦਾ ਆਉਂਦਾ ਕਹੀ ਜਾਂਦੀ ਹੈ ਦੁਬਾਰਾ ਫੇਰ ਆ ਜਾਂਦੇ ਮਾਈ ਪੇਜ ਪੁੱਤ ਨੂੰ ਰਾਜ ਨੇ ਕਿਹਾ ਜਦ ਦੱਬ ਕੇ ਇੱਕ ਬਰਤਨ نیچے ਗਿਰਾ ਦਿੰਦੀ ਹੈ ਉਹ ਉਠਾਉਣ ਤਾਂ ਦਿਲ ਨਹੀਂ ਕਰਦਾ ਮੁੰਡਾ ਉੱਠ ਕੱਢਦਾ ਹੈ ਉਹ ਉਹ ਕਹਿੰਦਾ ਮਾਈ ਲੈ ਮੇਰੇ ਪੁੱਤ ਦੀ ਆਈ ਮੈਂ ਜਾਊਂਗਾ ਮੈਂ ਜਾਣਾ ਮੈਂ ਵੀ ਕੱਲਾ ਮੈਨੂੰ ਆਸ਼ੀਰਵਾਦ ਦੇ ਉਹ ਤੋ ਆਸ਼ੀਰਵਾਦ ਲੈ ਕੇ ਚੱਲ ਪੈਂਦਾ ਜਦੋਂ ਜਾਂਦਾ ਹੈ ਜਾ ਕੇ ਅੱਗੇ ਪਹਿਲਾਂ ਕਹਿੰਦਾ ਮੈਂ ਰਾਣੀ ਨੂੰ ਮਿਲਣਾਗਾ ਰਾਣੀ ਨੂੰ ਮਿਲਦਾ ਕਹਿੰਦਾ ਰਾਣੀ ਜੇ ਮੈਂ ਬਲ ਦੀ ਅੱਗ ਚੋਂ ਨਿਕਲਿਆ ਕੀ ਦੇਂਗੀ ਰਾਣੀ ਗੰਦੀ ਧੀ ਦਾ ਡੋਲਾ ਰਾਜਕੁਲ ਜਾਂਦਾ ਜੇ ਰਾਜਾ ਮੇਰਾ ਬਲਦੀ ਅਗ ਚੋਂ ਨਿਕਲਿਆ ਤਾਂ ਕੀ ਦੇਂਗਾ ਕਹਿੰਦਾ ਦਰਜ ਜਾ ਕੇ ਉਹ ਆਵਾ ਚਿਰਨ ਲੱਗ ਜਾਂਦੇ ਆ ਆਵੇ ਦੇ ਵਿੱਚ ਬਿਠਾ ਦਿੰਦੇ ਆ ਉਹਨੂੰ ਅਲਦਾਲੇ ਕੀ ਕਰਦਾ ਸੰਕਟਾ ਮਾਤਾ ਦਾ ਨਾਮ ਲੈ ਕੇ ਤਿਲ ਚੋਲੀ ਬੀਜ ਦਿੰਦਾ ਅਲਦਾਲੇ ਪੂਰਾ ਆਵਾ ਚੀ ਨਾ ਜਾਂਦਾ ਬਰਤਨ ਚੀ ਨਾ ਜਾਂਦੇ ਆ ਸਾਰੇ ਜੀ ਸੋਚਦੇ ਆ ਕਿ ਇੱਕ ਵਿਚਾਰਾ ਬੱਚਾ ਭੇਡ ਦਿੱਤਾ ਗਿਆ ਪਤਾ ਨਹੀਂ ਕੀ ਹੋਊਗਾ ਕਿ ਮਿਹਰ ਸੋਚੀ ਜਾਂਦਾ ਤਿੰਨ ਦਿਨਾਂ ਬਾਅਦ ਕਿ ਮਿਹਰ ਦੀ ਕੁੜੀ ਛੋਟੀ ਜੀ ਹੁੰਦੀ ਆ ਕੰਦੀ ਪਾਪਾ ਮੈਂ ਤਾਂ ਠੁੱਠੀ ਨਾਲ ਖੇਡਣਾ ਠੁੱਠੀ ਚ ਹਿੰਦੀ ਆ ਕਹਿੰਦਾ ਪੁੱਤ ਦੇਖਿਆ ਕੱਚੀ ਬਿੱਲੀ ਪਈ ਹੋ ਆਵਾ ਕਿੱਥੇ ਪੱਕਦਾ 6 ਮਹੀਨੇ ਪੱਕਣ ਨੂੰ ਆਵਾ ਲੱਗਦਾ ਸੀ ਆ ਜਾ ਕੇ ਕਿ ਮਿਹਰ ਦੀ ਕੁੜੀ ਸੀ ਜੇ ਛੋਟੀ ਸੀ ਸਮਝ ਜਾਂਦੀ ਆ ਵਾ ਤਾਂ ਪੂਰਾ ਲਾਲ ਹੋਇਆ ਪਿਆ ਪਾਪਾ ਆਵਾ ਤਾਂ ਪੱਕਿਆ ਪਿਆ ਬਾਪੂ ਆਵਾ ਪੱਕਿਆ ਪਿਆ ਆ ਕੇ ਜਦੋਂ ਕਹਿੰਦੀ ਆ ਜਾ ਕੇ ਦੇਖਦਾ ਆਵਾ ਲਾਲ ਸੁਰਖ ਹੋਇਆ ਪਿਆ ਹੁੰਦਾ ਕਹਿੰਦਾ ਰਾ ਲੈ ਪਤਾ ਨਹੀਂ ਵਿਚਾਰਾ ਕਿਹੇ じゃ ਬੱਚਾ ਪੇਟ ਦਿੱਤਾ ਸੀ ਜਿਹੜੇ ਆਵੇ ਪੱਕਣ ਨੂੰ 6-6 ਮਹੀਨੇ ਲੱਗ ਜਾਂਦੀ ਸੀ 3 ਮਹੀਨੇ ਚ ਪੱਕ ਗਿਆ 3 ਦਿਨਾਂ ਚ ਪੱਕ ਗਿਆ ਉਹ ਤਿੰਨ ਆਵੇ ਨੂੰ ਕਾਰਨ ਲਈ ਰਾਜ ਨੂੰ ਸੁਨੇਹਾ ਦੇਣ ਦਾ ਵੀ ਰਾਜ ਆ ਜੀ ਆਵਾਜ਼ ਤਾਂ ਪੱਕ ਗਿਆ ਰਾਜ ਆ ਜਾਂਦਾ ਨਾਲ ਆਪਣੀ ਸੈਨਾ ਲੈ ਆਂਦਾ ਵਿੱਚੋਂ ਆ ਜਾਣ ਲੱਗੇ ਜਦੋਂ ਆਵਾਜ਼ ਆਉਣ ਲੱਗਦੀ ਨਿਪਕ ਮਿਆਰਾ ਵਾ ਹੌਲੀ ਹੌਲੀ ਉਹ ਕਹਿੰਦੇ ਜਿਹੜਾ ਮੁੰਡਾ ਸੀ ਵਿੱਚ ਭੇੜ ਦਿੱਤਾ ਸੀ ਉਹ ਤਾਂ ਭੂਤ ਜਾਂ ਸ਼ੈਅ ਬਣ ਗਿਆ ਕੋਈ ਉਹ ਤਾਂ ਆਪਾਂ ਨੂੰ ਹੁਣ ਡਰ ਰਿਹਾ ਸਰਾਇਆ ਫੌਜ ਲਾ ਆਂਦਾ ਵੀ ਹੁਣ ਕੀ ਕਰਾਂਗੇ ਉਹ ਕਹਿੰਦੇ ਤੂੰ ਕੌਣ ਕਹਿੰਦਾ ਮੈਂ ਉਹੀ ਮੁੰਡਾ ਜਿਹੜਾ ਥੋਨੇ ਵਿੱਚ ਬਿਠਾਇਆ ਸੀ ਤੂੰ ਕਿਵੇਂ ਜਿੰਦਾ ਕਹਿੰਦਾ ਮੇਰੀ ਮਾਂ ਦੇ ਤਪ ਦੇ ਬਲ ਦੇ ਨਾਲ ਉਹ ਚਾਹ ਵੀ ਸੰਗਟਾ ਮਾਤਾ ਦੀ ਕਿਰਪਾ ਨਾਲ ਹੋਇਆ ਤਾਂ ਸੰਗਟਾ ਮਾਤਾ ਨੇ ਕੀਤਾ ਸਾਰਾ ਕੁਝ ਮੈਨੂੰ ਜਿੰਦਾ ਰੱਖਿਆ ਰਾਜਾ ਉਹਨੂੰ ਬਾਹਰ ਕੱਢ ਲੈਂਦਾ ਹੈ ਰਾਣੀ ਨੂੰ ਪਤਾ ਲੱਗਦਾ ਵੀ ਬੰਦਾ ਜਿੰਦਾ ਹੈ ਉਹ ਪਹਿਲੀ ਜ਼ਹਿਰ ਦਾ ਪਿਆਲਾ ਲੈ ਕੇ ਛੱਤੇ ਚੜ ਜਾਂਦੀ ਹੈ ਵੀ ਰਾਜਨੀਤੀ ਦਾ ਡੋਲਾ ਦੇਣਾ ਨਹੀਂ ਮੈਨੂੰ ਮੇਰਾ ਬਬਜਣਾ ਤਾਂ ਜਾਊਂਗੀ ਮੈਂ ਮਰ ਜੂਗੀ ਬਜੀਰ ਕਹਿੰਦਾ ਰਾਜਾ ਜੀ ਤੁਹਾਨੂੰ ਇਸ ਤੋਂ ਬਲੀ ਕੌਣ ਮਿਲੂਗਾ ਇਹਨੂੰ ਆਪਣਾ ਤੀਰ ਡੋਲਾ ਵੀ ਦੇ ਦੋ ਅੱਧਾ ਰਾਸਤਾ ਦਊਂਗੀ ਤਾਂ ਰਾਜਾ ਕੀ ਕਹਿੰਦਾ ਤੀਰ ਡੋਲੇ ਸਨੇਹਾ ਦੇ ਕੇ ਮਹਿਲ ਚ ਸਨੇਹਾ ਦੇਂਦਾ ਵੀ ਮੈਂ ਉਹਨੂੰ ਲੜਕੀ ਨਾਲ ਤੀ ਵਿਆਊਂਗਾ ਰਾਣੀ ਨੂੰ ਜਦੋਂ ਪਤਾ ਕਰਦਾ ਹੈਗਾ ਰਾਣੀ ਨੂੰ ਪਤਾ ਲੱਗਦਾ ਵੀ ਉਹ ਰਾਜਨੀਤੀ ਦਾ ਡੋਲਾ ਦੇਤਾ ਉਹ ਖੁਸ਼ ਹੋ ਜਾਂਦੀ ਹੈ ਵੀ ਹੁਣ ਮੈਂ ਆਪਣੇ ਬਚਨਾਂ ਤੋਂ ਨਹੀਂ ਜਾਈ ਜਾਂਦੀ ਮਹਿਲ ਤੋਂ نیچے ਉਤਰ ਜਾਂਦੀ ਹੈ ਆਰਾਮ ਨਾਲ ਰਾਜਾ ਖੁਸ਼ ਹੋ ਕੇ ਉਹਦੇ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿੰਦਾ ਉਹ ਕਹਿੰਦਾ ਮੇਰੇ ਤਾਂ ਕੋਈ ਹੈ ਨਹੀਂ ਨਾ ਕੋਈ ਘਰ ਹੈ ਨਾ ਪਰਿਵਾਰ ਹੈ ਉਹਦਾ ਮਹਿਲ ਵੀ ਉਹਦੀ ਪਰਜਾਈਆਂ ਦੇ ਨਾਲ ਪਵਾ ਦਿੰਦਾ ਕੁੜੀ ਦਾ ਮਹਿਲ ਵੀ ਇੱਕ ਦਿਨ ਨੰਦ ਪਰਜਾਈ ਲੜ ਪੈਂਦੀਆਂ ਨੇ ਜਦੋਂ ਲੜਦੀਆਂ ਨੇਗੀਆਂ ਨੰਦ ਪਰਜਾਈ ਕਹਿੰਦੀ ਹੈ ਪੇਟੋਂ ਨਿਕਲੀ ਤੇ ਉਹਨਾਂ ਨਾਲ ਨਿਕਲੀ ਤੰਨਾ ਮਾਰ ਦਿੰਦੀ ਹੈ ਲੜਕੀ ਨੂੰ ਗੁੱਸਾ ਆ ਜਾਂਦਾ ਆ ਕੇ ਘਰੇ ਸੰ ਪੱਟੀ ਲਾ ਕੇ ਪੈ ਜਾਂਦੀ ਹੈ ਰਾਤ ਨੂੰ ਰਾਜਾ ਦਾ ਜਵਾਈ ਆਂਦਾ ਹੈ ਕਹਿੰਦਾ ਕੀ ਗੱਲ ਤੂੰ ਐਵੇਂ ਪਈ ਉਹ ਕਹਿੰਦੀ ਕਹਿੰਦੀ ਮੈਂ ਮੈਂ ਤਾਂ ਨਹੀਂ ਮੈਂ ਤਾਂ ਇੱਥੇ ਰਹਿਣਾ ਨਹੀਂ ਮੈਂ ਤਾਂ ਜਾਣਾ ਉਹ ਕਹਿੰਦਾ ਕਿਉਂ ਜਾਣਾ ਨਹੀਂ ਕਹਿੰਦੀ ਮੈਂ ਤਾਂ ਤੁਹਾਨੂੰ ਜਾਣਾ ਮੈਂ ਤਾਂ ਆਪਣਾ ਕੋਈ ਦੇਸ਼ ਹੋ ਉੱਤੇ ਜਾਵਾਂਗੇ ਕਹਿੰਦਾ ਮੈਨੂੰ ਤਾਂ ਮੈਂ ਤਾਂ ਪਹਿਲਾਂ ਕਿਹਾ ਸੀ ਮੇਰੇ ਕੋਈ ਨਹੀਂ ਘਰਦਾ ਕੋਈ ਮੇਰੇ ਬੰਦਾ ਨਹੀਂ ਹੈਗਾ ਮੈਂ ਆਪਾਂ ਕਿੱਥੇ ਜਾਵਾਂਗੇ ਉਹ ਕਹਿੰਦੀ ਫੇਰ ਵੀ ਤੂੰ ਕਿੱਥੇ ਦਾ ਪੈਦਾ ਹੋਇਆ ਹੋਵੇਂਗਾ ਕਹਿੰਦੇ ਮੇਰੇ ਮਾਂ ਸੀ ਮੈਂ ਲੋਕਾਂ ਦੇ ਕਹੇ ਕਹਾਏ ਘਰੋਂ ਨਿਕਲ ਆਇਆ ਇਸ ਕਰਕੇ ਪਤਾ ਨਹੀਂ ਮੇਰੀ ਮਾਂ ਹੁਣ ਜਿੰਦਾ ਹੋ ਵਦਾ ਨਹੀਂ ਬੁੱਢੀ ਮਾਈ ਸੀ ਮੇਰੀ ਕੱਲੀ ਸੀਗੀ ਮੇਰੇ ਘਰ ਚ ਸਭ ਮਰ ਗਏ ਹੋ ਕਹਿੰਦੇ ਨਾ ਜਿੱਥੇ ਤੇਰੀ ਮਾਂ ਹੈਗੀ ਸੀ ਚਾਹੇ ਹੈ ਜਾਂ ਨਹੀਂ ਹੈ ਆ ਪੌਥੀ ਜਾਵਾਂਗੇ ਅਗਲੇ ਦਿਨ ਕਚਹਿਰੀ ਚ ਜਾਂਦਾ ਹੈ ਪਿਤਾ ਨੂੰ ਜਾਂਦਾ ਸਾਰੇ ਨੂੰ ਵੀ ਪਿਤਾ ਜੀ ਮੈਂ ਤਾਂ ਆਪਣੇ ਦੇਸ਼ ਜਾਣਾ ਕਹਿੰਦਾ ਜਿੱਦੀ ਧੀ ਘਰੇ ਬਸੇ ਆਪਦੇ ਹੋਰ ਕੀ ਚਾਹੀਦਾਗਾ ਉਹ ਲੋ ਲਸ਼ਕਰ ਲੱਦ ਕੇ ਹੀਰੇ ਜਵਾਹਰਾਤ ਭਰ ਕੇ ਗੱਡੀਆਂ ਗਾਢੇ ਭਰ ਦਿੰਦਾ ਤੇ ਵਿਦਾ ਕਰ ਦਿੰਦਾ ਅਗਲੇ ਦਿਨ ਕੁੜੀ ਨੂੰ ਜਦੋਂ ਰਾਏ ਦਾ ਮੁੰਡਾ ਆਪਣੇ ਰਾਇਦਾ ਜਵਾਈ ਆਪਣੇ ਪਿੰਡ ਪਹੁੰਚਣ ਲੱਗਦਾ ਹੈ ਤਾਂ ਉਹੀ ਬੁੜੀ ਜਿਹੜੀ ਪਹਿਲਾਂ ਉਹਨੂੰ ਸਿਖਾਉਂਦੀ ਸੀ ਉਹ ਖੇਤਾਂ 'ਚ ਕੰਮ ਕਰ ਰਹੀ ਹੁੰਦੀ ਹੈ ਦੇਖਦੀ ਹੈ ਵੀ ਘਟਾ ਜੜੀ ਪਈਆ ਲੋਲਸ ਕਰ ਲੱਦੇ ਆ ਰਿਹਾ ਵੀ ਕੌਣ ਰਾਜਾ ਨਹੀਂ ਚੜਾਈ ਕਰਤੀ ਸਾਡੇ ਇੱਥੇ ਉਹ ਦੇਖਦੀ ਹੈ ਵੀ ਇਹ ਤਾਂ ਉਹ ਬੁੜੀ ਦਾ ਪੁੱਤ ਹੈ ਵੀ ਇਹ ਤਾਂ ਰਾਜਾ ਬਣ ਗਿਆ ਜਾ ਕੇ ਬੁੜੀ ਨੂੰ ਕਹਿੰਦੀ ਹੈ ਭੱਜੀ ਜਾਂਦੀ ਹੈ ਬੁੜੀ ਤੇਰਾ ਪੁੱਤ ਆ ਗਿਆ ਬੁੜੀ ਤੇਰਾ ਪੁੱਤ ਹੋ ਗਿਆ ਕਹਿੰਦੀ ਪਹਿਲਾਂ ਤਾਂ ਜਦੋਂ ਮੈਂ ਉਨ ਜਿਸੀ ਇਹਨਾਂ ਨੇ ਟਿਕਨ ਨਹੀਂ ਦਿੱਤਾ ਹੁਣ ਮੈਂ ਪੁੱਤ ਦੇ ਗਰਮ ਚੰਨ ਨਹੀਂ ਹੋ ਗਈ ਹੁਣ ਵੀ ਮੈਨੂੰ ਟਿਕਨ ਨਹੀਂ ਦਿੰਦੀ ਹੈਗੀ ਨਾ ਬੁੜੀਏ ਤੇਰਾ ਪੁੱਤ ਹੈ ਉਹ ਕਹਿੰਦੀ ਜੇ ਮੇਰਾ ਪੁੱਤ ਹੋਊਗਾ ਚੰਮ ਦੀ ਚਮੋਟੀ ਪਨਵਾਊਗਾ ਮੇਰੇ ਉਹਦੇ ਬੱਤੀ ਧਾਰਾ ਮੂੰਹ ਚ ਜਾਂਣ ਗਿਆ ਮੇਰੇ ਚ ਟੱਕਦੇ ਨੇ ਅੱਖਰ ਖੁੱਲਣ ਗਿਆ ਤਾਂ ਮੈਂ ਸਮਝੂ ਸੰਗਟਾ ਮਾਤਾ ਨੇ ਮੇਰੇ ਵਰਤਾਣੇ ਮਾਨ ਰੱਖਿਆ ਮੇਰਾ ਪੁੱਤ ਹੈ ਪੁੱਤ ਰਾਜਾ ਬਣ ਗਿਆ ਸੀ ਹੁਣ ਕੀ ਦਿੱਕਤ ਸੀ ਉਹ ਚੰਮ ਦੀ ਚਮੋਟੀ ਬਣਵਾਉਂਦਾ ਮਾਂ ਨੂੰ ਬਣਾਉਂਦਾ ਮਾਂ ਦੇ ਬੱਤੀ ਧਾਰਾ ਨਿਕਲ ਕੇ ਉਹ ਮੂੰਹ ਚ ਜਾਂਦੀਆਂ ਨੇ ਮਾਦੀ ਅੱਖਾਂ ਖੁੱਲ ਜਾਂਦੀਆਂ ਨੇ ਨਿਗਾਹ ਜਾਂਦੀ ਹੈ ਉਹ ਖੁਸ਼ ਹੋ ਜਾਂਦਾ ਹੈ ਜੀ ਸੰਕਟਾ ਮਾਤਾ ਉਹਦੇ ਬੋੜੀ ਸਭ ਤੇ ਹੈ ਸੰਕਟਾ ਮਾਤਾ ਸਭ ਨੂੰ ਸੁਖ ਦੇ ਤਨ ਦੇ ਪੁੱਤ ਦੇ ਪੋਤਾ ਦੇ ਮਾਂ ਸਭ ਜਿਸਭ ਨੂੰ ਜੈ ਗਣੇਸ਼ ਜੀ ਮਹਾਰਾਜ ਕੀ ਸਭੀ ਨੂੰ ਸੰਗਟ ਚਹਾਦਿਆ ਬਹੁਤ ਬਹੁਤ ਬਧਾਈ